ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਮੈਂ ਜਸਟ ਲਾਈਟ ਹੈ ਨਹੀਂ ਕਿ ਲਾਈਟ ਹੈ ਨਹੀਂ ਬਾਬੇ, ਉਹ ਲਾਈਟ ਤੋਂ ਬਿਨਾਂ ਆਪਣਾ ਤੇਰਾ ਕੋਈ ਕੰਮ ਨਹੀਂ। ਅਤੇ ਆਹ ਮੈਂ ਰੰਗ ਵੇਖੋ ਹੁਣੇ ਲੈ ਕੇ ਆਇਆ ਸਪਰੇ ਪੇਂਟ, ਅਤੇ ਆਹ ਬੱਚਾ ਦਾ ਰੰਗ ਇਹ ਹੈ ਨਹੀਂ ਸਾਫ਼ ਕਰ ਰਹੇ, ਪਹਿਲਾਂ ਨਾ ਮੁੱਕ ਗਿਆ ਸੀਗਾ, ਉਹ ਮੁੱਕ ਗਿਆ ਮੁੱਕ ਗਿਆ ਸੀ ਖਤਮ ਆ। ਹੈਗਾ ਹੋਰ ਕਿਹੜੇ ਕਿਹੜੇ ਹੈ ਨਹੀਂ ਗਾ, ਇੱਕ ਮਿੰਟ ਠੰਡ ਥੋੜ੍ਹਾ ਮੋਟਾ ਹੋਊਗਾ ਜੇ ਹੋਇਆ ਤਾਂ, ਇਹ ਤਾਂ ਹੈਗਾ ਇਹ ਵੀ ਥੋੜ੍ਹਾ ਮੋਟਾ ਹੀ ਆ, ਆਹ ਦੋਨੇ ਤਾਂ ਥੋੜ੍ਹਾ ਮੋਟਾ ਹੀ, ਇਹਨਾਂ ਨੂੰ ਮਗਰ ਕਰ ਚੁੱਕੇ, ਇਹਨੂੰ ਕਰਤੀ ਹੋਣਾ ਇੱਥੇ ਸੈਂਪਲ। ਲਓ ਜੀ ਲਿਆਂਦਾ ਸਪਰੇ ਪੇਂਟ, ਝੱਕ ਤੂੰ ਇੱਥੇ ਚੱਲ, ਇਹ ਪਹਿਲਾਂ ਨਾਲ ਦੇ ਤੂੰ ਇੱਥੇ ਚੱਲ, ਅਤੇ ਤੇਰੀ ਤਾਂ ਹਜੇ ਲੋੜ ਆ, ਤੂੰ ਨਾ ਕਿਤੇ ਜਾ, ਲਾਈਟ ਨਹੀਂ ਆਏ ਤੂੰ ਕਰ ਇੱਥੇ ਖੜਾ ਦੋ ਮਿੰਟ, ਲਾਈਟ ਤਾਂ ਹੈ ਨਹੀਂ ਜੀ। ਅਤੇ ਬਾਬੇ ਲਾਈਟ ਬਿਨਾਂ ਵੀ ਕੋਈ ਕੰਮ ਨਹੀਂ ਹੋਣਾ, ਲਾਈਟ ਤੋਂ ਬਿਨਾਂ ਕੋਈ ਕੰਮ ਹੁੰਦਾ ਹੀ ਆ, ਹਨੇਰਾ ਹਨੇਰਾ ਰਹਿ ਜਾਂਦਾ ਫਿਰ ਕੋਈ ਫਾਇਦਾ ਤਾਂ ਹੈ ਨਹੀਂ ਹੈ ਨਾ ਇੱਥੇ ਕੰਮ ਕਰਨ ਦਾ, ਇਸ ਕਰਕੇ। ਅਤੇ ਅੱਜ ਇਹਦੇ ਮਾਰਦੇ ਹਾਂ ਪੇਂਟ, ਜਿਹੜਾ ਜਿਹੜਾ ਜਿੱਥੇ ਜਿੱਥੋਂ ਵੀ ਮਾੜਾ ਮੋਟਾ ਖਰਾਬ ਖਰੂਬ ਜਿਹਾ ਹੋਇਆ, ਮਾੜਾ ਮੋਟਾ ਕਦੇ ਕਿਤੇ ਖਰਾਬ ਜਿਹਾ ਹੋ ਗਿਆ, ਅਤੇ ਆਪਾਂ ਬਣਾਉਣਾ ਆਏ ਹਾਂ ਬਣਾ ਇੱਧਰਲਾ ਪਾਸ ਸਹੀ ਆ, ਅਤੇ ਅੱਗੋਂ ਵੀ ਕਰਨਾ ਬਲੈਕ ਪੇਂਟ ਇਹਨੂੰ, ਅਤੇ ਕਰਦੇ ਹਾਂ ਫਿਰ ਬਲੈਕ ਪੇਂਟ ਅਤੇ ਨਾਲ ਵਾਈਟ। ਲਾਈਟ ਆ ਜਾਂਦਾ ਫਿਰ ਕਰਾਂਗੇ ਕੰਮ, ਕੋਈ ਲਾਈਟ ਤੋਂ ਬਿਲਕੁਲ ਕੋਈ ਕੰਮ ਹੀ ਨਹੀਂ ਇੱਥੇ ਆਪਣਾ, ਇਸ ਕਰਕੇ ਆਪਾਂ ਛੱਡਤਾ। ਮੈਂ ਕੰਮ ਧੰਦੇ ਹੋਰ ਕਰ ਲਿਆ ਉਹਨੇ, ਫਿਰ ਕਰਦੇ ਹਾਂ ਆਪਾਂ ਗੱਲਬਾਤ ਕੀ ਬਣਾ ਜੁੜਦਾ, ਅਤੇ ਰੰਗ ਲਿਆਂਦਾ ਬਸ ਰੰਗ ਹੀ ਕਰਨਾ ਇਕੱਲਾ, ਹੋਰ ਵੀ ਬਾਕੀ ਇਹਦੇ ਬਾਰੇ ਗੱਲਾਂ ਕਰਦੇ ਹਾਂ। ਲਾਈਟ ਆ ਜਾਂਦਾ ਅਤੇ ਆਹ ਲਿਆਂਦੀਆਂ ਆਪਾਂ ਪਲੇਟਾਂ, ਜਿਹਦੇ ਨਾਲ ਆਪਾਂ ਲਾਉਣੀ ਉਹਦੀ ਕਰਨੀ ਆ ਸ਼ੀਸ਼ੇ ਲਾਉਣੇ ਕਾਲੇ, ਹੈ ਨਾ, ਅਤੇ ਸ਼ੀਸ਼ੇ ਕਾਲੇ, ਇਹ ਮੈਨੂੰ ਬਲੈਕ ਨਹੀਂ ਮਿਲੀ ਯਾਰ, ਬਲੈਕ ਸੀਗੀ ਅਤੇ ਬਲੈਕ ਸੀਗੀ ਇੱਕ, ਅਤੇ ਇਹਦੇ ਉੱਤੋਂ ਮੈਂ ਕਾਗਜ਼ ਜਿਹਾ ਲਾਤਾ ਆਏ ਸੀਗਾ, ਅਤੇ ਆਹ ਟਰਾਂਸਪੇਰੈਂਟ ਕਰਤੀ, ਹੈ ਨਾ, ਅਤੇ ਉਹ ਆਪਣੀ ਭਈ ਨੂੰ ਇੱਕ ਵਾਰੀ ਪੇਂਟ ਕਰਤਾ ਮੈਂ, ਅਤੇ ਹੁਣ ਵਧੀਆ ਬਣ ਗਈ। ਅਤੇ ਐੱਮ ਸੀਲ ਜੀ ਲਾਈ ਸੀ ਇੱਕ ਦੋ ਥਾਵਾਂ 'ਤੇ, ਇੱਥੇ ਲਾਈ ਸੀ, ਇਹ ਵੀ ਸੁੱਕਿਆ ਤਾਂ ਫਿਰ ਆਪਾਂ ਕਰਦੇ ਹਾਂ, ਇਹ ਲਾਉਣੇ ਫਿਰ ਸ਼ੀਸ਼ੇ, ਪਰ ਮੈਂ ਯਾਰ ਕੋਈ ਮੀਨੇ ਮੂਨੇ ਤਾਂ ਹੈ ਨਹੀਂ ਸੀਗਾ ਕਿ ਕਿੰਨੇ ਦਾ ਹੈ, ਤਾਂ ਕਰਕੇ ਸੀ, ਹੈ ਨਾ, ਅਤੇ ਪਰ ਮੈਂ ਦੋ ਹੀ ਲਿਆ, ਅਤੇ ਪੈ ਤਾਂ ਮਹਿੰਗੀਆਂ ਗਈਆਂ ਥੋੜ੍ਹੀਆਂ, ਚਲੋ ਮੈਂ ਸੁਣਾ ਹੀ ਜਾਣੀ ਇੱਕ ਹੀ ਬਹੁਤ ਰੋਕੀ, ਇਹ ਆਪਾਂ ਬਲੈਕ ਕਰਨੀ ਆ, ਇੱਕ ਹੀ ਬਹੁਤ ਰੋਕੀ, ਚਲ ਇੱਕ ਸਾਂਭ ਕੇ ਰੱਖ ਲਾਂਗੇ, ਅਤੇ ਉਸ ਹਿਸਾਬ ਨਾਲ ਫਿਰ ਆਪਾਂ ਕਟਿੰਗ ਕਰਦੇ ਹਾਂ ਜਿਹੜੇ ਹਿਸਾਬ ਨਾਲ ਆਪਾਂ ਨੂੰ ਚਾਹੀਦੀ ਆ, ਉਸ ਹਿਸਾਬ ਨਾਲ ਕਟਿੰਗ ਕੁਟਿੰਗ ਕਰਕੇ ਅਤੇ ਫਿਰ ਆਪਾਂ ਲਾਉਣੇ ਆ, ਅਤੇ ਰੰਗ ਸੁੱਕ ਹੀ ਆਊਗਾ, ਅੱਜ ਤਾਂ ਸਿਰਾ ਲੱਗਿਆ ਪਿਆ ਸੁੱਕ ਹੀ ਗਿਆ ਤਕਰੀਬਨ, ਤਾਂ ਇਹਨੂੰ ਥੱਲੇ ਕਰ ਦਈਏ ਥੋੜ੍ਹਾ ਸੁੱਕ ਜੂਗਾ, ਸੁੱਕ ਗਿਆ ਸੁੱਕ ਗਿਆ ਸੁੱਕ ਗਿਆ, ਡੰਗ ਲਾ ਜੂਗਾ, ਸਿਰਾ ਬਣ ਗਈ ਗੱਲਬਾਤ, ਅਤੇ ਕਰ ਦਿੰਦਾ ਆਪਾਂ ਇਹਦੀ ਕਟਿੰਗ ਕਟਿੰਗ ਯਾਰ ਹੁਣ ਇਹਨਾਂ, ਓ ਸੋਰੀ ਪੇਂਟ ਅਖੇ ਨਾ ਕਟਿੰਗ ਕਰ ਗਈ ਇਹਦੀ, ਆਪਾਂ ਚੱਕ ਲੈਣਾ ਅੰਦਰ ਆਪਣੀ ਉਹ ਥਾਰ ਹਾਰ ਲਿਆਉਂਦੇ ਹਾਂ, ਅਤੇ ਫਿਰ ਕਰਦੇ ਹਾਂ ਆਪਾਂ ਗੱਲਬਾਤ। ਅਤੇ ਠੰਡ ਬਹੁਤ ਸੀਗੀ, ਰਾਹ 'ਚ ਹੀ ਜਾਂਦਣ ਲੱਗੀ ਆ, ਊਂ ਵੈਸੇ ਤਾਂ ਹੈ ਨਹੀਂ ਜੀ, ਹੈ ਨਾ, ਘਰੇ ਤਾਂ ਲੱਗਦੀ ਨਹੀਂ ਜੀ, ਅਤੇ ਇਹ ਊਂ ਤਾਂ ਲੱਗਦੀ ਲੱਗਦੀ ਆ, ਅਤੇ ਆਹ ਆਪਾਂ ਕਰਦੇ ਹਾਂ, ਅਤੇ ਇਹਨੂੰ ਆਪਾਂ ਕਰਦੇ ਹਾਂ ਕਟਿੰਗ, ਫਿਰ ਉਹਦੇ ਕਰਾਂਗੇ ਆਪਾਂ ਬਲੈਕ ਪੇਂਟ, ਅਤੇ ਉਦੋਂ ਬਾਅਦ ਆਪਾਂ ਲਾਵਾਂਗੇ ਸ਼ੀਸ਼ੇ,
ਇਹਦੇ ਆਪਾਂ ਮੇਨ ਮੇਨ ਮੁਣ ਕੇ ਮੈਂ ਕਟਿੰਗ ਕਰਦਾ ਅਤੇ ਫਿਰ ਆਪਾਂ ਕਰਦੇ ਹਾਂ ਗੱਲਬਾਤ ਅੱਗੇ ਮੁੰਡਿਓ ਅਤੇ ਡਨ ਕਰਦਾ ਆਪਾਂ ਸ਼ੀਸ਼ਿਆਂ ਦਾ ਕੰਮ। ਆਹ ਵੇਖੋ ਆਹ ਸਾਈਡ ਵਾਲਾ ਹੋ ਗਿਆ ਸ਼ੀਸ਼ਾ ਅਤੇ ਆਹ ਵੀ ਸਾਈਡ ਵਾਲਾ ਹੋ ਗਿਆ, ਇਹ ਬੈਕ ਹੋ ਗਿਆ, ਨਹੀਂ ਆਹ ਬੈਕ ਹੋ ਗਿਆ, ਇਹ ਫਰੰਟ ਹੋ ਗਿਆ। ਅਤੇ ਆਹ ਆਪਾਂ ਕੱਟ ਲਏ ਚਾਰ ਪੀਸ, ਬਹੁਤ ਅਸੀਂ ਕੱਟੇ ਗਰੈਂਡਰ ਨਾਲ ਕੱਟੇ ਆ, ਅਤੇ ਜਿਹਨੇ ਵੀ ਕਰਨਾ ਸੇਫ ਨਾ ਕਰਿਓ ਹੈ ਨਾ ਯਾਰ, ਇਹ ਬਹੁਤ ਧਿਆਨ। ਆਹ ਇੰਨੀ ਬਚ ਗਈ ਇਹਦੇ 'ਚੋਂ ਵੀ, ਆਪਾਂ ਗਲਤੀ ਲਿਆਂਦੀ ਵੈਸੇ ਸੀਟ, ਚਲੋ ਇਹਦਾ ਕੰਮ ਆ ਜੂਗੀ, ਇਹ ਲਿਆਂਦੀ ਆਪਾਂ। ਅਤੇ ਇਹਨੂੰ ਕਿੱਥੇ ਰੱਖੀਏ, ਇੱਕ ਵਾਰੀ ਆਪਾਂ ਇੱਥੇ ਰੱਖ ਦਿੰਦੇ ਹਾਂ। ਅਤੇ ਇਹ 'ਤੇ ਆਪਣਾ ਹੋ ਸਕਦਾ ਵੇਹਣੇ ਆ, ਆਪਣਾ ਜਿੰਮੀ ਮਾਡਲ ਮੇਕਰ ਵਾਲਾ ਛਪਾ ਲਾਂਗੇ ਇਹਦੇ 'ਤੇ, ਜਿੰਮੀ ਮਾਡਲ ਮੇਕਰ ਲਿਖਵਾ ਲਾਂਗੇ, ਇੱਥੇ ਰੱਖ ਰੁੱਖ ਲਵਾਂਗੇ, ਲਾ ਲਾਂਗੇ ਜਾਂ ਫਿਰ ਕਈ ਵਾਰ ਵੀਡੀਓ ਬੜੀ ਸ਼ੂਟ ਕਰਨੀ ਹੋਵੇ। ਹੁਣ ਪੈਸੇ ਤਾਂ ਲਾਏ ਹੀ ਹੈਗੇ ਆ, ਅਤੇ ਇਹਨੂੰ ਆਪਾਂ ਕਰ ਦੇਣਾ ਬਲੈਕ ਕਲਰ, ਬਲੈਕ ਕਲਰ ਕਰਕੇ ਫਿਰ ਆਪਾਂ ਲਾਵਾਂਗੇ ਇਹਦੇ 'ਤੇ, ਨਾਲੇ ਡਾਇਰੈਕਟ ਰੰਗ ਸੁੱਕ ਜੂ ਉਹਦਾ। ਅਤੇ ਬਾਹਰ ਚੱਲਦੇ ਆਪਾਂ, ਨਾਲੇ ਲੈ ਕੇ ਚੱਲਦੇ ਹਾਂ ਬਲੈਕ ਕਲਰ ਵਾਲੀ ਸ਼ੀਸ਼ੀ, ਆਉਂਦੇ ਲੈ ਕੇ ਆਵਾਂਗੇ, ਅਤੇ ਇਹਨੂੰ ਲੈ ਕੇ ਚੱਲਦੇ ਬਾਹਰ ਰੱਖਦੇ ਧੁੱਪੇ, ਆਪਾਂ ਉਹਨੂੰ ਸੁੱਕ ਜੂ, ਨਾਲੇ ਸ਼ੀਸ਼ੇ ਧੁੱਪੇ ਰੱਖਦੇ ਹਾਂ, ਡੇਗੀ ਨਾ ਪੈਣਾ। ਅਤੇ ਹੁਣ ਲਿਆਉਣੇ ਆਪਾਂ ਬਲੈਕ ਕਲਰ ਵਾਲੀ ਸ਼ੀਸ਼ੀ ਲਿਆ ਕੇ, ਅਤੇ ਉਹਦੇ ਕਰਦੇ ਹਾਂ ਬਲੈਕ ਕਲਰ, ਅਤੇ ਨਾਲੇ ਕਰਨੀ ਆ ਗਈ ਫਰੰਟ ਜਾਲੀ, ਫਰੰਟ ਜਾਲੀ ਦੇਖਦੇ ਹਾਂ ਜੇ ਕੀ ਬਣਦਾ ਜੁੜਦਾ। ਪਹਿਲਾਂ ਆਪਾਂ ਬਲੈਕ ਕਲਰ ਕਰੀਏ ਉਹਦੇ 'ਤੇ, ਹੈ ਨਾ, ਬਲੈਕ ਕਲਰ ਕਰਕੇ ਮਿਲਦਾ ਮੈਂ ਤੁਹਾਨੂੰ। ਪੇਂਟ ਕਰਤਾ ਆਪਾਂ ਡਨ, ਅਤੇ ਬਾਹਰ ਵਿਖਾਉਣਾ। ਹੁਣ ਟਾਈਮ ਹੋ ਗਿਆ ਚਾਹ ਦਾ, ਚਾਹ ਪੀ ਕੇ ਫਿਰ ਕੰਮ ਕਰਕੇ ਕੋਈ, ਹੈ ਨਾ, ਅਗਲਾ ਹਜੇ ਜਾਲੀ ਪੇਂਟ ਕਰਨੀ ਆ, ਅਤੇ ਬਸ ਇੱਕ ਦੋ ਦਿਨ ਤੱਕ ਫੜਾਉਣੀ ਵੀ ਆ, ਕੁਰੀਅਰ ਵੀ ਕਰਨੀ ਆ, ਇਸ ਕਰਕੇ ਆਹ ਚੱਕੋ ਫੁੱਲ ਜੈੱਡ ਬਲੈਕ ਕਰਤੀ, ਅਤੇ ਇਹਨੂੰ ਪੇਂਟ ਸੁੱਕਣ ਦਿਉ, ਅਤੇ ਇਹਦਾ ਫਰੰਟ ਆਪਾਂ ਵੀ ਕਰਨਾ ਰੰਗ, ਇੱਥੋਂ ਟੇਪ ਆ ਇਹਦੇ ਆਪ, ਟੇਪ ਲਾ ਕੇ ਇਹ ਫਰੰਟ ਰੰਗ ਕਰਨਾ ਮੁੜ ਕੇ, ਅਤੇ ਇਹਨਾਂ ਨੂੰ ਆਪਾਂ ਸਹੀ ਜੇ ਕਰ ਦਈਏ ਡਿੱਗਣਾ ਪਵੇ। ਇਹਦੇ ਆਪਾਂ ਕਿ ਜਿਹੜੇ ਜਿਹੜੇ ਪਾਸੇ ਚਾਹੀਦਾ ਆਪਾਂ ਉੱਧਰ ਹੀ ਰੰਗ ਕੀਤਾ, ਇੱਧਰ ਨਹੀਂ ਕੀਤਾ ਆਪਾਂ, ਇਹ ਕਰਨ ਦੀ ਲੋੜ ਪਈ ਵੈਸੇ, ਲੋੜ ਤਾਂ ਪੈਣੀ, ਸ਼ਕਲ ਦਿਸੀ ਜਾਂਦੀ ਆ। ਫਿਰ ਆਪਾਂ ਕਰਦੇ ਹਾਂ, ਇਹ ਹੋ ਗਿਆ ਡਨ, ਹਜੇ ਬਲੈਕ ਗ੍ਰਿਲ ਕਰਨੀ ਆ, ਅਤੇ ਆਹ ਹਜੇ ਨਾ ਕਰਨਾ ਥੋੜ੍ਹਾ ਇਗਨੋਰ ਕਰਿਓ ਇਹਨੂੰ, ਇਹ ਸੂਤਵਾਤ ਕਰਨਾ ਹਜੇ ਮਾੜਾ ਮੋਟਾ। ਇਹ ਤਾਂ ਕਾਲੇ ਸ਼ੀਸ਼ੇ ਗੱਡੀ ਦੇ ਆ, ਜਿੱਡ ਬਲੈਕ ਕਾਲਾ ਇਹਦੇ ਘੈਂਟ, ਬਾਬੇ ਦਿਲੋਂ ਦੱਸਣਾ ਮੈਨੂੰ ਬਾਹਲੀ ਘੈਂਟ ਲੱਗੀ ਜਾਂਦੀ, ਬਾਹਲੀ ਘੈਂਟ। ਹਜੇ ਆਹ ਚੀਜ਼ਾਂ ਕਰਕੇ ਆਹ ਚੀਜ਼ਾਂ ਲੁਕੋ ਕੇ ਨਾ, ਆਹ ਦੇਖੋ ਲੱਗਦੀਆਂ ਨਾ ਘੈਂਟ, ਸਿਰਾ ਲੱਗਦੀ ਹੈ ਇੱਕ ਨੰਬਰ, ਇੱਕ ਨੰਬਰ। ਅਤੇ ਇਹਦੇ ਹੈ ਨਾ ਹਜੇ ਆਪਾਂ ਜਿਹੜੀ ਇਹ ਆਹ ਚੀਜ਼ ਆ, ਖੜ ਜਾਓ ਆਹ ਚੀਜ਼, ਆ ਵੇਖ ਇੱਥੇ ਨਾ ਆਪਾਂ ਉਹ ਲਾਉਣੀ ਆ, ਜਿਵੇਂ ਆਹ ਚੀਜ਼ ਥੋੜ੍ਹਾ ਥੋੜ੍ਹਾ ਅੰਦਰ ਨੂੰ ਆ, ਇੱਥੇ ਇਹਨਾਂ ਦੇ ਨਾਲ ਪੋ ਲਾਉਣੀ ਆ, ਜਿਵੇਂ ਉਹ ਰਬੜਾਂ ਨਹੀਂ ਹੁੰਦੀਆਂ ਰੀਅਲ ਕਾਰ ਦੇ ਵਿੱਚ, ਰੀਅਲ ਕਾਰ ਜਿਵੇਂ ਅਸਲੀ ਕਾਰ 'ਚ ਰਬੜਾਂ ਹੁੰਦੀਆਂ ਉਵੇਂ ਲਾਉਣੀ ਆਪਾਂ ਰਬੜਾਂ, ਅਤੇ ਰਬੜਾਂ ਮੈਂ ਲਾਉਣਾ, ਅਤੇ ਨਾਲ ਹਜੇ ਆਹ ਗ੍ਰਿਲ ਵੀ ਪੇਂਟ ਕਰਨੀ ਆ, ਚੇਪੀ ਲੱਗੀ ਆ ਇਹਨੂੰ ਪੱਟ ਕੇ, ਆਹ ਲਾਈਟਾਂ ਇਹਦੀਆਂ ਇਹ ਵੀ ਸਹੀ ਕਰਨੀ ਆ, ਅਤੇ ਹਜੇ ਅੰਦਰੋਂ ਸੈਟਿੰਗ ਵੈਟਿੰਗ ਵੀ ਕਰਨ ਵਾਲੀ ਪਈ ਆ, ਨਾਟ ਨੁਟ ਖੁੱਲ੍ਹੇ ਫਿਰਦੇ ਅੱਧੇ ਤਾਂ, ਇਸ ਕਰਕੇ ਅਤੇ ਮੁੜ ਕੇ ਕਰਦੇ ਹਾਂ, ਕੱਲ੍ਹ ਤੀਕਰ ਹੋਜੂਗੀ ਰੈਡੀ, ਕੱਲ੍ਹ ਤੀਕਰ ਉਮੀਦ ਆ ਹੋ ਜਾਊਗੀ, ਅਤੇ ਪੇਂਟ ਕਰਦੀ ਹੁਣ ਬੁਰਸ਼ ਵਾਲਾ, ਅਤੇ ਧੁੱਪੇ ਰੱਖ ਦੀ ਹਜੇ ਹੈਗੀ ਆ ਘੰਟਾ ਡੇਢ ਘੰਟਾ ਧੁੱਪ, ਅਤੇ ਮੁੜ ਕੇ ਕੰਮ ਕਰਦੇ ਨਾਲ ਆਹ ਮੁੜ ਮੁੜ ਘਸਾ ਦਈਏ ਨਾ, ਫਿਰ ਕਰਦੇ ਹਾਂ। ਚਲੋ ਫਿਰ ਮੈਂ ਮਿਲਦਾ, ਆਹ ਤਾਂ ਕਰਤਾ, ਇਦੋਂ ਬਾਅਦ ਕਰਕੇ, ਅੱਧਾ ਘੰਟਾ ਧੁੱਪ ਹੈਗੀ ਹਜੇ, ਅੱਧਾ ਘੰਟਾ ਘੰਟਾ ਤਰ੍ਹਾਂ ਦੀ ਕੈਮਰਾ ਸਰਦਾਰੀ ਚੈੱਕ ਕਰ, ਹੁਣ ਇਹ ਤੋਂ ਬਾਅਦ ਮੈਨੂੰ ਬੋਲਣ ਦੀ ਲੋੜ ਨਾ ਪਵੇ, ਬਸ ਤੁਹਾਨੂੰ ਹੀ ਬੋਲਣਾ ਕਿਵੇਂ ਲੱਗਦੀ ਆ। ਇੱਥੋਂ ਥੋੜ੍ਹੀ ਜਿਹੀ ਗ੍ਰਿਲ ਇਹਨਾਂ ਦੀ ਚੇਂਜ ਕਰਨ ਵਾਲੀ ਆ,
ਆਹ ਬਲੈਕ ਹੀ ਸਾਂਦੇ ਨੇ, ਕੋਈ ਬਲੈਕ ਹੀ ਕਰਾਂਗੇ ਵੈਸੇ ਤਾਂ, ਅਤੇ ਘੈਂਟ ਲੱਗਦੀ ਆ ਮੈਨੂੰ ਤਾਂ ਸੱਚੀ ਦੱਸਾਂ ਨਾ, ਦਿਨ ਨੂੰ ਲੱਗ ਗਈ ਗੱਡੀ ਮਾੜਾ ਮੋਟਾ ਨਾ, ਕਿਤੇ ਕਿਤੇ ਫਿਨਿਸ਼ਿੰਗ ਜੀ ਦੇਣ ਵਾਲੀ ਆ, ਜਿਵੇਂ ਆਹ ਇੱਕ ਥਾਂ 'ਤੇ ਆ ਹੋ ਗਿਆ ਮਾੜਾ ਜਿਹਾ, ਇੱਥੋਂ ਜੀ ਬਾਹਰ ਨਿਕਲ ਗਿਆ, ਇਹ ਜੇ ਕਿਹੜਾ ਇੱਕ ਵਾਰੀ ਸਕਾਈ ਆ ਮੈਂ, ਚਲੋ ਅੱਧਾ ਘੰਟਾ ਘੰਟਾ ਜਿਹੜਾ ਧੁੱਪ ਹੈਗੀ ਆ ਅਤੇ ਆਹ ਸੁੱਕ ਜੂਗੀ, ਹੈ ਨਾ, ਸਾਰੇ ਨੂੰ ਪੇਂਟ ਕਰਤਾ ਸ਼ੀਸ਼ ਵਿਸ਼ ਵੇਖੋ, ਘੈਂਟ ਲੱਗਦੀ ਸਾਰੀ ਗੱਲਬਾਤ, ਓਕੇ ਰਿਪੋਰਟਾਂ ਨੇ ਫੁੱਲ, ਅਤੇ ਹੁਣ ਚੱਲਦੇ ਆਪਾਂ ਅੰਦਰ, ਉਹਦੇ ਕਰਦੇ ਹਾਂ ਗੱਲਬਾਤ ਉਹਦੇ ਬਾਰੇ, ਹੈ ਨਾ, ਅਤੇ ਬਸ ਯਾਰ ਰੰਗ ਕਰਦੇ ਕਰਦੇ ਟਾਈਮ ਲੰਘ ਗਿਆ, ਪਤਾ ਨਹੀਂ ਲੱਗਿਆ, ਪਹਿਲਾਂ ਰੰਗ ਕੀਤਾ ਫਿਰ ਪਹਿਲਾਂ ਵਾਈਟ ਕੀਤਾ ਫਿਰ ਬਲੈਕ ਕੀਤਾ, ਅਤੇ ਪਤਾ ਨਹੀਂ ਲੱਗਿਆ, ਅਤੇ ਬਸ ਪਰਸੋਂ ਇਹਦੀ ਸਫਾਈ ਕਰ ਦੇਣੀ ਆ ਵਧੀਆ, ਇੱਕ ਨੰਬਰ ਬਣਾ ਦੇਣਾ ਮਾਹੌਲ ਆਪਾਂ, ਅਤੇ ਉਹ ਨੰਬਰ ਪਲੇਟ ਪਈ ਹੈ ਨਾ, ਅਤੇ ਹੋਰ ਤਾਂ ਕੋਈ ਗੱਲਬਾਤ ਨਹੀਂ ਕਰਨ ਵਾਲੀ, ਅਤੇ ਬਸ ਉਹਦੇ ਬਾਰੇ ਰਿਲੇਟਡ, ਅਤੇ ਹੁਣ ਇੱਕ ਦੋ ਦਿਨ ਚੱਕਰ ਬਸ ਇਹਨੂੰ ਕਰ ਦੇਣੀ, ਟਾਟਾ ਬਾਏ ਬਾਏ, ਇਹ ਥੱਲੇ ਜਿਹੜੀ ਸਾਨੂੰ ਲੱਗਦਾ ਨਾ ਉਹ ਚੀਜ਼ਾਂ ਉਹ ਆਪਾਂ ਬੰਦ ਕਰ ਦੇਣੀਆਂ, ਉਹ ਵੈਸੇ ਪਤਾ ਨਹੀਂ ਲੱਗਣਾ ਥੱਲੇ ਹੀ ਰਹਿ ਜਾਣੀ, ਉਹ ਤਾਂ ਪਤਾ ਤਾਂ ਇੱਥੋਂ ਲੱਗਣਾ, ਇਹਦੇ ਵਿੱਚ ਰਿਮੋਟ ਰਿਮੋਟ ਫਿੱਟ ਕਰ ਦੇਣਾ, ਸਾਰਾ ਕੁਛ ਓਕੇ ਕਰ ਦੇਣਾ, ਅਤੇ ਲਾਈਟਾਂ ਵੀ ਚਲਾ ਦੇਣੀਆਂ, ਇਹ ਥੋੜ੍ਹੀਆਂ ਪੈਟਰੋਲ ਨਾਲ ਧੋਣ ਵਾਲੀਆਂ, ਅਤੇ ਇਸ ਕਰਕੇ ਅਤੇ ਆਪਾਂ ਉਹ ਕਰਾਂਗੇ, ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ, ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਆਏ ਨਵੀਂ ਨਵੀਂ ਵੀਡੀਓ ਵੇਖਣ ਵਾਸਤੇ, ਉਹਦਾ ਫ੍ਰੀ ਹੈ ਜਮ੍ਹਾਂ ਕਰ ਲਿਓ ਸਬਸਕ੍ਰਾਈਬ ਯਾਰ, ਸ਼ੇਅਰ ਜ਼ਰੂਰ ਕਰਦਿਆ ਕਰੋ, ਅਤੇ ਮੋਟੀਵੇਸ਼ਨ ਜਿਹਾ ਮਿਲ ਜਾਂਦਾ ਕਿ ਹੋਰ ਕੰਮ ਕਰੀਏ, ਹੈ ਨਾ, ਚੰਗੇ ਚੰਗੇ ਜੇ, ਅਤੇ ਇਸ ਕਰਕੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਯਾਰ ਵੀਡੀਓ, ਅਤੇ ਚੈਨਲ ਨੂੰ ਦੱਬ ਕੇ ਸਬਸਕ੍ਰਾਈਬ ਕਰ ਦਿਓ, ਖਿੱਚ ਦਿਓ ਕੰਮ ਨੂੰ, ਅਤੇ ਆਪਾਂ ਉਦੋਂ ਵਧੀਆ ਵਧੀਆ ਵੀਡੀਓ ਬਣਾਵਾਂਗੇ, ਅਤੇ ਅੱਜ ਲਈ ਬਸ ਇੰਨਾ ਹੀ।